ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ ਅਤੇ ਤੁਹਾਡੀ ਮੁਲਾਕਾਤ ਕਰਨ ਲੱਗੇ ਗੋਲਕ ਬੁਗਨੀ ਬੈਂਕ ਅਤੇ ਬਟੂਆ ਦੇ ਡਾਇਰੈਕਟਰ ਸ਼ੀਤੀ ਚੌਧਰੀ ਭਾਅ ਜੀ ਨੇ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮਾਨੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਭਾਅ ਜੀ ਕੀ ਹਾਲ ਚਾਲ? ਬਹੁਤ ਵਧੀਆ, ਗੁੱਡ ਗੁੱਡ। ਭਾਅ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ, 8 ਨਵੰਬਰ 2016 ਦੀ ਰਾਤ ਨੂੰ 8 ਵਜੇ ਤੁਸੀਂ ਕੀ ਕਰ ਰਹੇ ਸੀ? ਅਸੀਂ ਸਕ੍ਰਿਪਟ ਲਿਖ ਰਹੇ ਸੀਗੇ ਜੀ, ਸਾਡੀ ਸ਼ੂਟਿੰਗ ਸੀਗੀ ਨੇੜੇ ਹੀ, 11 ਨਵੰਬਰ ਤੋਂ ਸ਼ੂਟਿੰਗ ਸ਼ੁਰੂ ਕਰਨੀ ਸੀ, ਵੇਖ ਬਰਾਤਾਂ ਚੱਲੀਆਂ ਫਿਲਮ ਦੀ, ਅਤੇ ਇਕਦਮ ਫਿਰ ਅਨਾਊਂਸਮੈਂਟ ਹੋਈ ਮਿੱਤਰੋ ਅੱਜ ਰਾਤ 12 ਵਜੇ ਕੇ ਬਾਅਦ, ਤਾਂ ਇਕਦਮ ਵੀ ਵਰ ਸ਼ੌਕਡ ਕਿ ਆ ਕੀ ਹੋ ਗਿਆ, ਕਿਉਂਕਿ 2 ਦਿਨ ਬਾਅਦ ਸਾਡੀ ਫਿਲਮ ਦੀ ਸ਼ੂਟਿੰਗ ਸ਼ੁਰੂ ਸੀਗੀ, ਫਿਰ ਉਹ ਅਸੀਂ ਪੋਸਟਪੋਨ ਕੀਤੀ, ਥੋੜ੍ਹੀ ਜਿਹੀ ਪ੍ਰੋਬਲਮ ਅਸੀਂ ਵੀ ਉਦੋਂ ਹੈ ਨਾ ਫੇਸ ਕੀਤੀ ਹੈ, 2-3 ਹਫ਼ਤੇ ਲਈ ਅਸੀਂ ਫਿਲਮ ਪੋਸਟਪੋਨ ਕੀਤੀ ਸੀ ਫਿਲਮ ਦੀ ਸ਼ੂਟਿੰਗ। ਹਾਂਜੀ, ਅਤੇ ਭਾਅ ਜੀ ਜਿੱਦਾਂ ਤੁਸੀਂ ਦਿਖਾਇਆ ਕਿ ਵੀ ਇਸ ਮੂਵੀ ਵਿੱਚ ਲਾਈਨ ਵਿੱਚ ਲੱਗੇ ਹੋਏ ਲੋਕ, ਉਹ ਤੁਸੀਂ ਪਰਸਨਲੀ ਵੀ ਲੱਗੇ ਸੀ ਲਾਈਨ 'ਚ? ਲੱਗੇ ਸੀਗੇ ਜੀ, ਹੈ ਨਾ, ਮੇਰੇ ਕੋਲ ਪਏ ਸੀਗੇ 4-5 ਹਜ਼ਾਰ ਰੁਪਇਆ, ਅਤੇ ਕਿਉਂਕਿ ਇੱਕਦਮ ਸਾਰੇ ਨੋਟ ਬੰਦ ਹੋ ਗਏ ਸੀਗੇ, ਬੰਦੇ ਕੋਲ ਇੰਨਾ ਜ਼ਿਆਦਾ ਤਾਂ ਕੁਛ ਹੁੰਦਾ ਨਹੀਂ, ਹੈ ਨਾ, ਕੋਈ ਬੰਦਾ ਪ੍ਰਿਪੇਅਰ ਨਹੀਂ ਹੁੰਦਾ, ਚਲੋ ਸਰਕਾਰ ਦੀ ਪੋਲਿਸੀ ਸੀਗੀ ਜਿਵੇਂ ਵੀ ਉਹਨਾਂ ਨੇ ਕਰਨਾ ਸੀਗਾ, ਅਤੇ ਦੋ ਤਿੰਨ ਵਾਰੀ ਮੈਂ ਲੱਗਿਆ ਇਸ ਤਰ੍ਹਾਂ ਲਾਈਨ ਦੇ ਵਿੱਚ, ਔਰ ਕੈਸ਼ ਖਤਮ ਹੋ ਜਾਂਦਾ ਸੀਗਾ ATM 'ਤੇ। ਗੱਲ ਕਰੀਏ ਰਿਦਮ ਬੋਇਜ਼ ਐਂਟਰਟੇਨਮੈਂਟ ਦੀ, ਉਹਨਾਂ ਨੇ ਤੁਹਾਡਾ ਦੂਸਰਾ ਪ੍ਰੋਜੈਕਟ ਹੈ, ਪਹਿਲਾਂ ਤੁਸੀਂ ਵੇਖ ਪ੍ਰਾਤਾਂ ਚੱਲੀਆਂ ਕੀਤੇ ਆ, ਉਹ ਲੋਕਾਂ ਨੇ ਬਹੁਤ ਪਸੰਦ ਕੀਤਾ, ਹੁਣ ਇਹ ਡੀਮੋਨੇਟਾਈਜੇਸ਼ਨ ਇੱਕ ਨਵਾਂ ਕੰਸੈਪਟ ਹੈ, ਇਹ ਕੀ ਕੁਛ ਅਲੱਗ ਲੈ ਕੇ ਆਊਗਾ, ਇਸ ਮੂਵੀ 'ਚ ਕੀ ਨਵਾਂ ਕੁਛ ਦੇਖਣ ਨੂੰ ਮਿਲੂਗਾ? ਜਿੱਦਾਂ ਵੇਖ ਬਰਾਤਾਂ ਦੇ ਵਿੱਚ ਜੀ ਟੋਟਲੀ ਅੱਡ ਇੱਕ ਫਿਲਮ ਸੀਗੀ, ਟੋਟਲੀ ਡਿਫਰੈਂਟ ਸੀਗੀ, ਲੋਕ ਕਹਿੰਦੇ ਸੀ ਕਿ ਬਾਲੀਵੁੱਡ ਵਰਗੀ ਫਿਲਮ ਲੱਗਦੀ ਹੈ, ਤੁਸੀਂ ਟ੍ਰੇਲਰ ਤੋਂ ਹੀ ਦੇਖ ਲਓ ਵੀ ਇੱਕ ਲੱਗਦਾ ਕਿ ਹੈ ਨਾ ਜਿਵੇਂ ਹਿੰਦੀ ਫਿਲਮਾਂ ਦੇ ਟ੍ਰੇਲਰ ਹੁੰਦੇ ਨੇ, ਆਲਮੋਸਟ ਉਸ ਲੈਵਲ ਦੀ ਫਿਲਮ ਹੈ। ਮੈਂ ਥੈਂਕਫੁਲ ਹਾਂ ਇਸ ਗੱਲ ਦੇ ਲਈ ਰਿਦਮ ਬੋਇਜ਼ ਦਾ, ਅਮਰਿੰਦਰ ਗਿੱਲ ਜੀ, ਕਾਰਜ ਗਿੱਲ ਜੀ ਦਾ, ਮੇਕਿੰਗ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਕੀ ਚਾਹੀਦਾ ਮੈਨੂੰ, ਮਤਲਬ ਆਹ ਜਿਹੜੇ ਅਸੀਂ ਟੈਕਨੀਕਲੀ ਜਿਹੜੇ ਇੰਸਟਰੂਮੈਂਟਸ ਨੇ ਜੋ ਅਸੀਂ ਯੂਜ਼ ਕੀਤਾ, ਸ਼ਾਇਦ ਹਿੰਦੀ ਫਿਲਮਾਂ 'ਚ ਯੂਜ਼ ਹੁੰਦੇ ਨੇ ਜਿਹੜੇ ਇਸ ਫਿਲਮ ਦੇ ਵਿੱਚ ਯੂਜ਼ ਕੀਤੇ, ਜਿਹਦਾ ਕਿ ਬਜਟ ਕਾਫੀ ਜ਼ਿਆਦਾ ਵੱਧ ਜਾਂਦਾ, ਬਟ ਉਹਨਾਂ ਨੇ ਕਦੇ ਵੀ ਐਂ ਨਹੀਂ ਕਿਹਾ ਵੀ ਅਵੋਇਡ ਕਰੋ, ਹਿਚਕਚਾਏ ਨਹੀਂ, ਤਾਂ ਉਹਨਾਂ 'ਚ ਇੱਕ ਪੈਸ਼ਨ ਹੈਗਾ ਫਿਲਮ ਬਣਾਉਣ ਦਾ, ਵਧੀਆ ਫਿਲਮ ਬਣਾਉਣ ਦਾ, ਉਹ ਮੇਰੇ ਲਈ ਇੱਕ ਵਧੀਆ ਚੀਜ਼ ਸੀ, ਕਿਉਂਕਿ ਡਾਇਰੈਕਟਰ ਨੂੰ ਹਮੇਸ਼ਾ ਹੀ ਹੁੰਦਾ ਕਿ ਮੈਨੂੰ ਆਹ ਵੀ ਮਿਲੇ, ਆਹ ਵੀ ਮਿਲੇ, ਤਾਂ ਕਿ ਮੈਂ ਜਿਹੜਾ ਮੇਰੇ ਅੰਦਰ ਦਾ ਇੱਕ ਡਾਇਰੈਕਟਰ ਹੈ ਨਾ, ਮੈਂ ਲੋਕਾਂ ਨੂੰ ਕੀ ਫਿਲਮ ਦਿਖਾ ਸਕਦਾ, ਤਾਂ ਰਿਦਮ ਬੋਇਜ਼ ਦੇ ਨਾਲ ਉਹ ਮਤਲਬ ਜਿਹੜੀ ਡਾਇਰੈਕਟਰ ਦੀ ਇੱਕ ਇੱਛਾ ਹੁੰਦੀ ਹੈ, ਚਾਹਤ, ਉਹ ਪੂਰੀ ਹੋ ਜਾਂਦੀ ਹੈ। ਠੀਕ ਹੈ ਭਾਅ ਜੀ, ਹੁਣ ਗੱਲ ਕਰੀਏ, ਅੱਜ ਕੱਲ੍ਹ ਮੂਵੀਜ਼ ਨਾ ਪੀਰੀਓਡਿਕ ਮੂਵੀਜ਼ ਆ ਚੁੱਕੀਆਂ, ਵੀ ਪੁਰਾਣੇ ਟਾਈਮ ਤੁਹਾਡੀ ਮੂਵੀ ਵਿੱਚ ਵੀ ਥੋੜ੍ਹਾ ਪਾਰਟ ਦਿਖਾਇਆ, ਪੀਰੀਓਡਿਕ ਟਾਈਮ ਜਿਹਦੇ ਅਮਰਿੰਦਰ ਗਿੱਲ ਜੀ ਸ਼ੂਟ ਕਰ ਰਹੇ ਉਸ ਪਾਰਟ ਦਾ, ਇਹ ਕੀ ਸਿਲਸਿਲਾ ਹੀ ਬਣਿਆ ਹੋਇਆ ਇਸ ਲਈ ਪੀਰੀਓਡਿਕ ਸੀਗਾ ਕਿ ਸਟੋਰੀ ਦਾ ਮੰਗ ਸੀਗੀ ਇੱਦਾਂ ਦੀ? ਇਹ ਸਟੋਰੀ ਦੀ ਡਿਮਾਂਡ ਸੀਗੀ, ਕਿਉਂਕਿ ਉਹ ਸ਼ਹਿਰ ਅਤੇ ਪਿੰਡ ਦਾ ਕੁਛ ਰਿਲੇਸ਼ਨ ਹੈਗਾ, ਲਿੰਕਡ ਹੈ ਸਟੋਰੀਆਂ ਦੋਨੋਂ ਆਪਸ ਦੇ ਵਿੱਚ, ਤਾਂ ਉਹਦੇ ਕਰਕੇ ਕੋਈ ਇਸ ਤਰ੍ਹਾਂ ਨਹੀਂ ਅਸੀਂ ਵੀ ਜੋ ਚੱਲ ਰਿਹਾ ਵੀ ਸਾਰੇ ਪੀਰੀਅਡ ਫਿਲਮਾਂ ਕਰ ਰਹੇ ਨੇ ਅਸੀਂ ਵੀ ਕਰੀਏ, ਇੱਦਾਂ ਦਾ ਕੁਛ ਨਹੀਂ, ਮੈਂ ਤਾਂ ਕਦੇ ਚੀਜ਼ ਫੋਲੋ ਹੀ ਨਹੀਂ ਕੀਤੀ, ਰਿਦਮ ਬੋਇਜ਼ ਨੇ ਵੀ ਹਮੇਸ਼ਾ ਡਿਫਰੈਂਟ ਹੀ ਉਹ ਕੀਤਾ ਹੈਗਾ, ਈਵਨ ਆਹ ਜਿਹੜਾ ਪੰਜਾਬ, ਪੁਰਾਣਾ ਪੰਜਾਬ ਸ਼ੁਰੂ ਹੀ ਇਹਨਾਂ ਨੇ ਕੀਤਾ। ਭਾਅ ਜੀ ਹੁਣ ਗੱਲ ਕਰੀਏ ਜਸਵਿੰਦਰ ਭੱਲਾ ਭਾਅ ਜੀ ਨੇ, ਉਹਨਾਂ ਤੁਸੀਂ ਪਹਿਲੇ ਵੀ ਬਹੁਤ ਮੂਵੀਜ਼ ਕਰ ਚੁੱਕੇ ਹੋ, ਮਿਸਟਰ ਮਿਸਿਜ 420, ਵੇਖ ਬਰਾਤਾਂ ਚੱਲੀਆਂ, ਉਹਨਾਂ ਨਾਲ ਹੁਣ ਤੱਕ ਦਾ ਆਪਦਾ ਐਕਸਪੀਰੀਅੰਸ ਦੱਸੋ ਸਾਨੂੰ। ਸਭ ਤੋਂ ਵਧੀਆ ਐਕਸਪੀਰੀਅੰਸ ਉਹਨਾਂ ਨਾਲ ਹੀ ਰਿਹਾ ਜੀ ਮੇਰਾ, ਜਸਵਿੰਦਰ ਭੱਲਾ ਭਾਅ ਜੀ ਨਾਲ, ਮੈਂ ਉਹਨਾਂ ਦਾ ਬਹੁਤ ਫੈਨ ਸੀਗਾ ਕਾਲਜ ਟਾਈਮ ਤੋਂ, ਛਿਨਕਾਟੇ ਉਹਨਾਂ ਦੇ ਮੈਨੂੰ ਬਹੁਤ ਵਧੀਆ ਲੱਗਦੇ ਸੀ, ਕਿਉਂਕਿ ਹਿਊਮਰ ਬਹੁਤ ਅਲਟੀਮੇਟ ਹੈ, ਗ੍ਰੇਟ ਸੈਂਸ ਆਫ ਹਿਊਮਰ ਹੈ ਉਹਨਾਂ ਦਾ, ਤਾਂ ਮੈਂ ਉਸ ਚੀਜ਼ ਦਾ ਫੈਨ ਹਾਂ, ਤਾਂ ਜਦੋਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਪਹਿਲੀ ਵਾਰੀ ਚੱਕ ਦੇ ਫੱਟੇ ਫਿਲਮ ਕੀਤੀ ਸੀਗੀ, ਉਹਦੇ ਵਿੱਚ ਬਹੁਤ ਮਜ਼ਾ ਆਇਆ ਸੀ, ਉਦੋਂ ਦੀ ਫਿਰ ਉਹਨਾਂ ਨਾਲ ਮੇਰੀ ਐਸੋਸੀਏਸ਼ਨ ਬਹੁਤ ਵਧੀਆ ਬਣੀ ਹੋਈ ਹੈ, ਅਗਲੀ ਮੇਰੀ ਜਿਹੜੀ ਫਿਲਮ ਆ ਰਹੀ ਹੈ ਮਿਸਟਰ ਮਿਸਿਜ਼ 420 ਰਿਟਰਨਸ, ਉਹਦੇ 'ਚ ਵੀ ਭੱਲਾ ਸਾਹਿਬ ਹੈਗੇ ਨੇ, ਔਰ ਮੈਂ ਹਮੇਸ਼ਾ, ਮੇਰੀ ਕੋਸ਼ਿਸ਼ ਹੁੰਦੀ ਹੈ ਜਾਂ ਕਹਿ ਲਓ ਕਿ
ਡਿਮਾਂਡ ਹੀ ਹੁੰਦੀ ਮੇਰੀ ਸਟੋਰੀ ਦੀ ਪੱਲਾ ਸਾਹਿਬ ਫਿਲਮ ਦੇ ਜ਼ਰੂਰ ਹੋਣੇ ਚਾਹੀਦੇ। ਭਾਅ ਜੀ ਮੂਵੀ ਕਿੱਥੇ ਕਿੱਥੇ ਸ਼ੂਟ ਹੋਈ ਹੈ? ਫਿਲਮ ਸਾਡੀ ਜੀ ਇੱਥੇ ਬੱਸੀ ਪਠਾਣਾ, ਕੁਛ ਪੋਰਸ਼ਨ ਚੰਡੀਗੜ੍ਹ ਦੇ ਨੇੜੇ, ਰੋਪੜ, ਕਸੌਲੀ ਹਿਮਾਚਲ ਦੇ ਵਿੱਚ, ਅਤੇ ਥੋੜ੍ਹਾ ਜਿਹਾ ਪੋਰਸ਼ਨ ਬੰਬੇ, ਇੱਦਾਂ 4-5 ਜਗ੍ਹਾ 'ਤੇ ਸ਼ੂਟ ਕੀਤੀ ਅਸੀਂ ਫਿਲਮ। ਭਾਅ ਜੀ ਸਭ ਤੋਂ ਮੈਮੋਰੇਬਲ ਮੂਮੈਂਟ ਕਿਹੜਾ ਸੀ ਸੈੱਟ 'ਤੇ? ਸਰਾ ਫਿਲਮ 'ਚ ਤਾਂ ਹਰ ਮੂਮੈਂਟ ਹੀ ਮੈਮੋਰੇਬਲ ਸੀਗਾ, ਇੰਨਾ ਹਾਸਾ ਆਉਂਦਾ ਸੀਗਾ। ਇੱਕ ਸੀਨ ਸੀਗਾ ਜਿੱਥੇ ਸੁਮਿਤ, ਗੁਰਸ਼ਬਦ, ਸਿਮੀ ਅਤੇ ਹਰੀਸ਼ ਭਾਅ ਜੀ, ਇਹਨਾਂ ਦਾ ਵਨ ਟੇਕ ਹੀ ਸੀਗਾ। ਉਹ ਇੱਕ ਡਾਇਲੋਗ ਇੱਦਾਂ ਦਾ ਸੀਗਾ ਕਿ ਮੇਰੇ ਘੱਟੋ ਘੱਟ 35 ਰੀਟੇਕ ਹੋਏ ਸੀਗੇ, ਜਸਟ ਲਾਫਟਰ ਦੇ ਕਰਕੇ ਰੀਟੇਕ ਹੋ ਜਾਂਦਾ ਸੀਗਾ। ਉਹ ਹਜੇ ਫਿਲਮ ਦੇ ਵਿੱਚ ਤੁਸੀਂ ਦੇਖਿਓ, ਸੁਮਿਤ ਨੇ ਬਹੁਤ ਵਧੀਆ ਪਰਫੋਰਮ ਕੀਤਾ। ਉਸ ਤੋਂ ਪਹਿਲੇ ਉਹਨਾਂ ਨੇ ਹਿੰਦੀ ਫਿਲਮਾਂ ਕਾਫੀ ਕੀਤੀਆਂ ਹੋਈਆਂ ਨੇ। ਰਾਜੇਸ਼ ਸ਼ਰਮਾ ਜੀ ਜਿਨ੍ਹਾਂ ਨੇ ਤੈਨੂੰ ਵੇਟਸ ਮਨੂ ਦੇ ਵਿੱਚ ਕੰਗਨਾ ਜੀ ਦੇ ਬ੍ਰਦਰ ਦਾ ਰੋਲ ਕੀਤਾ ਸੀਗਾ, ਉਹ ਵੀ ਇਸ ਫਿਲਮ 'ਚ ਹੈਗੇ ਨੇ। ਤਾਂ ਬੋਲੀਵੁੱਡ ਅਤੇ ਬਾਲੀਵੁੱਡ ਦੋਨਾਂ ਦੇ ਸਟਾਰ ਕਾਸਟ ਹੈ ਇਸ ਫਿਲਮ ਦੇ ਵਿੱਚ। ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ? ਮੈਂ ਉਹਨਾਂ ਨੂੰ ਇਹੀ ਰਿਕੁਐਸਟ ਹੀ ਕਰੂੰਗਾ ਜੀ ਕਿ ਗੋਲਕ ਬੁਗਨੀ ਬੈਂਕ ਦੇ ਵੱਡਾ ਬੜੀ ਸ਼ਿੱਦਤ ਦੇ ਨਾਲ, ਬੜੀ ਮਿਹਨਤ ਦੇ ਨਾਲ ਬਣਾਈ ਗਈ ਫਿਲਮ ਹੈ, ਸਾਫ਼ ਸੁਥਰੀ ਪਰਿਵਾਰਿਕ ਫਿਲਮ। ਦੇਖ ਕੇ ਤੁਹਾਨੂੰ ਐਂ ਨਹੀਂ ਲੱਗੂਗਾ ਕਿ ਅਸੀਂ ਪੈਸੇ ਵੇਸਟ ਕਰ ਦਿੱਤੇ ਆਪਣੇ, ਤੁਸੀਂ ਇੰਜੋਏ ਕਰੋਗੇ। ਜਿੱਦਾਂ ਤੁਸੀਂ ਵੇਖ ਬਰਾਤਾਂ ਚੱਲੀਆਂ, ਬੰਬੂ ਘਾਟ, ਲਵ ਪੰਜਾਬ, ਅੰਗਰੇਜ਼ ਫਿਲਮ ਨੂੰ ਇੰਜੋਏ ਕੀਤਾ, ਇਸ ਤਰ੍ਹਾਂ ਹੀ ਇਸ ਫਿਲਮ ਨੂੰ ਵੀ ਇੰਜੋਏ ਕਰੋਗੇ। ਸੋ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਜ਼ਰੂਰ ਦੇਖਿਓ ਗੋਲਕ ਬੁਗਨੀ ਬੈਂਕ ਅਤੇ ਬਟੂਆ। ਥੈਂਕ ਯੂ ਵੈਰੀ ਮੱਚ ਭਾਅ ਜੀ, ਆਲ ਦਾ ਬੈਸਟ ਇਸ ਪ੍ਰੋਜੈਕਟ ਲਈ ਅਤੇ ਆਉਣ ਵਾਲੇ ਪ੍ਰੋਜੈਕਟਾਂ ਲਈ ਵੀ। ਦਿਸ ਵਾਜ਼ ਗਗਨ ਵਾਟਸ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ।